ਤਾਂ ਅਸੀਂ ਪਹੁੰਚ ਗਏ ਹਾਂ ਗੁਰਦੁਆਰਾ ਨਾਢਾ ਸਾਹਿਬ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਉਹ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਖੜੇ ਹਾਂ ਗੁਰਦੁਆਰਾ ਨਾਢਾ ਸਾਹਿਬ ਜਦੋਂ ਗੁਰੂ ਗੋਬਿੰਦ ਸਿੰਘ ਜੀ ਪੌਟਾ ਸਾਹਿਬ ਪੰਗਾਣੀ ਦੀ ਪਹਿਲੀ ਜੰਗ ਨੂੰ ਫਤਿਹ ਕਰਕੇ ਵਾਪਸ ਆਪਣੀਆਂ ਫੌਜਾਂ ਸਮੇਤ ਅਨੰਦਪੁਰ ਸਾਹਿਬ ਨੂੰ ਆ ਰਹੇ ਸਨ ਗੁਰੂ ਜੀ ਨੇ ਇਸ ਜਗ੍ਹਾ 'ਤੇ ਆਪਣੇ ਪੈਰ ਪਾ ਕੇ ਇਸ ਜਗ੍ਹਾ ਨੂੰ ਪਵਿੱਤਰ ਕਰ ਦਿੱਤਾ ਇੱਥੇ ਭਾਈ ਨਾਢੋ ਜੀ ਰਹਿੰਦੇ ਸਨ ਉਹਨਾਂ ਦੀ ਇੱਥੇ ਜ਼ਮੀਨ ਸੀ ਅਤੇ ਉਹ ਇੱਥੇ ਖੇਤੀਬਾੜੀ ਕਰਦੇ ਸਨ ਜਦ ਉਹਨਾਂ ਨੂੰ ਪਤਾ ਚੱਲਿਆ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਏ ਹਨ ਤਾਂ ਉਹ ਗੁਰੂ ਜੀ ਦੇ ਦਰਸ਼ਨ ਕਰਨ ਲਈ ਆਏ ਉਹਨਾਂ ਨੇ ਗੁਰੂ ਜੀ ਅਤੇ ਉਹਨਾਂ ਦੇ ਨਾਲ ਆਏ ਸਿੰਘਾਂ ਦੀ ਸੇਵਾ ਕੀਤੀ ਭਾਈ ਨਾਢੋ ਇੱਕ ਧਰਮੀ ਬੰਦਾ ਸੀ ਉਹ ਹਰ ਰੋਜ਼ ਗੁਰੂ ਜੀ ਦੀ ਸੇਵਾ ਕਰਿਆ ਕਰਦਾ ਸੀ ਗੁਰੂ ਜੀ ਉਸ ਤੋਂ ਬਹੁਤ ਖੁਸ਼ ਹੋਏ ਅਤੇ ਗੁਰੂ ਜੀ ਨੇ ਜਾਂਦੇ ਸਮੇਂ ਵਰ ਦਿੱਤਾ ਹੇ ਭਾਈ ਤੇਰੇ ਨਾਮ 'ਤੇ ਇੱਥੇ ਇੱਕ ਗੁਰਦੁਆਰਾ ਸਾਹਿਬ ਬਣੇਗਾ ਅਤੇ ਦੂਰੋਂ ਨੇੜਿਓਂ ਚੱਲ ਕੇ ਸੰਗਤਾਂ ਇੱਥੇ ਆਇਆ ਕਰਨਗੀਆਂ ਤਾਂ ਕੁਝ ਸਮਾਂ ਪਾ ਕੇ ਇੱਥੇ ਇਹ ਜੋ ਸਥਾਨ ਹੈ ਇਹ ਬਣਨਾ ਸ਼ੁਰੂ ਹੋ ਗਿਆ ਬਣਨ ਤੋਂ ਬਾਅਦ ਹੌਲੀ ਹੌਲੀ ਇਹ ਜਗ੍ਹਾ ਪ੍ਰਚਲਿਤ ਹੁੰਦੀ ਗਈ ਤਾਂ ਸੰਗਤਾਂ ਇੱਥੇ ਦੂਰੋਂ ਦੂਰੋਂ ਦਰਸ਼ਨ ਕਰਨ ਆਉਣ ਲੱਗੀਆਂ ਐਤਵਾਰ ਦੇ ਦਿਨ ਸੰਗਤਾਂ ਦਾ ਇੱਥੇ ਬਹੁਤ ਹੀ ਭਾਰੀ ਇਕੱਠ ਹੁੰਦਾ ਹੈ ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਅਤੇ ਸਾਹਮਣੇ ਜਿਹੜਾ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਰਿਹਾਇਸ਼ ਆ ਸੰਗਤਾਂ ਵਾਸਤੇ ਅਤੇ ਨਾਲ ਹੀ ਇੱਥੇ ਡਿਸਪੈਂਸਰੀ ਵੀ ਹੈ ਸਾਹਮਣੇ ਫ੍ਰੀ ਡਿਸਪੈਂਸਰੀ ਤਾਂ ਇਹ ਇੱਕ ਦੀਵਾਨ ਹਾਲ ਹੈ ਗੁਰਦੁਆਰਾ ਸਾਹਿਬ ਦਾ ਜਦ ਕੋਈ ਸਮਾਗਮ ਹੁੰਦਾ ਤਾਂ ਸ਼ਾਇਦ ਇੱਥੇ ਪ੍ਰੋਗਰਾਮ ਹੁੰਦੇ ਨੇ ਇਹ ਹੈ ਜੀ ਗੁਰਦੁਆਰਾ ਸਾਹਿਬ ਦੀ ਇਮਾਰਤ ਗੁਰਦੁਆਰਾ ਨਾਢਾ ਸਾਹਿਬ ਪੰਚਕੁਲਾ ਦਰਸ਼ਨ ਤੁਹਾਨੂੰ ਕਰਵਾ ਦਿੱਤੇ ਅੰਦਰੋਂ ਜੀ ਅਤੇ ਉਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਪਿੱਛੇ ਇੱਕ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਤੁਸੀਂ ਦੇਖ ਰਹੇ ਹੋਵੋਗੇ ਵੀਡੀਓ 'ਚ ਜੀ ਵੀ ਪੀ ਸੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਇੱਥੇ ਜ਼ਿਆਦਾ ਲੰਗਰ ਚੱਲਦਾ ਅਤੇ ਜੇ ਪ੍ਰਸ਼ਾਦਾ ਛਕਣਾ ਤਾਂ ਉਹ ਇਹ ਸਾਈਡ ਆ ਜੀ ਉਹ ਦਰਵਾਜ਼ਾ ਸਾਹਮਣੇ ਇੱਧਰ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਦਾ ਅਤੇ ਉੱਧਰ ਤੁਸੀਂ ਲੰਗਰ ਛਕ ਸਕਦੇ ਹੋ ਛਬੀਲ ਆ ਸਾਹਮਣੇ ਇੱਥੇ ਲੰਗਰ ਇਮਾਰਤ ਜਾਂ ਤੁਸੀਂ ਆਪਣੀ ਕੋਈ ਸੇਵਾ ਜਿਹੜੀ ਹੈ ਉਹ ਜਮ੍ਹਾਂ ਕਰਵਾ ਸਕਦੇ ਹੋ ਤੁਹਾਨੂੰ ਉੱਥੋਂ ਰਸੀਦ ਮਿਲ ਜਾਏਗੀ ਅਤੇ ਇਸ ਸਾਈਡ ਗੁਰਦੁਆਰਾ ਸਾਹਿਬ ਦੇ ਛਬੀਲ ਲੱਗੀ ਹੋਈ ਠੰਡੇ ਪਾਣੀ ਦੀ ਛਬੀਲ ਆ ਅਤੇ ਲੰਗਰ ਹਾਲ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਹੈ ਜੀ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਸਾਹਿਬ ਦੀ ਜਦ ਐਂਟਰੀ ਹੈ ਤਾਂ ਐਂਟਰੀ ਦੇ ਨਾਲ ਹੀ ਖੱਬੇ ਪਾਸੇ ਤੁਸੀਂ ਦੇਖੋਗੇ ਇੱਕ ਜੋੜਾ ਘਰ ਆ ਨਾਲ ਹੀ ਉੱਥੇ ਛਬੀਲ ਅਤੇ ਸਾਹਮਣੇ ਪਾਰਕਿੰਗ ਆ ਓਪਨ ਸਾਹਮਣੇ ਅੰਦਰ ਬਿਲਡਿੰਗ ਆ ਉੱਥੇ ਵੀ ਪਾਰਕਿੰਗ ਆ ਗੱਡੀਆਂ ਦੀ ਬਹੁਤ ਖੁੱਲ੍ਹੀ ਪਾਰਕਿੰਗ ਆ ਗੁਰਦੁਆਰਾ ਸਾਹਿਬ ਦੀ ਤਕਰੀਬਨ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਮੈਂ ਦੇਖਦਾ ਰਿਹਾ ਕਿ ਇਹ ਜਿਹੜੇ ਬੋਰਡ ਆ ਨਾ ਸਿੰਘਾਂ ਦੀ ਰਿਹਾਈ ਵਾਲੇ ਇਹ ਟੋਟਲੀ ਸਾਰੇ ਗੁਰਦੁਆਰਾ ਸਾਹਿਬ ਵਿੱਚ ਲਗਾ ਦਿੱਤੇ ਗਏ ਆ ਗੁਰਦੁਆਰਾ ਸਾਹਿਬ ਦੇ ਬਾਹਰ ਜਦ ਆ ਜਾਂਦੇ ਆਪਾਂ ਪਾਰਕਿੰਗ ਦੇ ਕੋਲੇ ਤਾਂ ਸਾਹਮਣੇ ਹੀ ਇਹਨਾਂ ਦੀ ਮਾਰਕੀਟ ਆ ਇੱਕ ਛੋਟੀ ਜਿਹੀ ਬਣੀ ਹੋਈ ਟੀਨਾ ਦੀ ਸਾਰੀਆਂ ਜਿਹੜੀਆਂ ਸ਼ੌਪ ਨੇ ਬਣੀਆਂ ਹੋਈਆਂ ਅਤੇ ਇੱਥੇ ਬੱਚਿਆਂ ਦੇ ਲਈ ਸਮਾਨ ਆ ਬਾਕੀ ਰਮਾਲਾ ਸਾਹਿਬ ਵਗੈਰਾ ਤੁਸੀਂ ਲੈ ਸਕਦੇ ਹੋ ਉੱਥੇ ਅਤੇ ਇਹ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਮੇਨ ਰੋਡ ਆ ਗਿਆ ਅੱਗੇ ਹਾਈਵੇ ਤਾਂ ਉੱਥੋਂ ਹਾਈਵੇ ਤੋਂ ਆਹ ਪੁੱਲ ਬਣ ਗਿਆ ਇੱਕ ਇਹਦੇ ਨੀਚੇ ਤੋਂ ਆਪਾਂ ਆ ਸਕਦੇ ਹਾਂ ਇਸ ਸਾਈਡ ਨੂੰ ਗੁਰਦੁਆਰਾ ਸਾਹਿਬ ਪੰਚਕੁਲੇ ਤੋਂ ਇਹ ਤਕਰੀਬਨ ਬਾਰ ਬਾਰ ਹੀ ਪੈ ਜਾਂਦਾ ਤਾਂ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਥੋੜ੍ਹੇ ਟਿੱਬੇ ਜਿਹੇ ਜਿੱਦਾਂ ਪਹਾੜ ਨੇ ਛੋਟੇ ਛੋਟੇ